ਇਸ ਦੁਕਾਨਦਾਰ ਦਾ ਵੱਡਾ ਨੁਕਸਾਨ ਹੋ ਗਿਆ। ਪਹਿਲਾਂ ਤਾਂ ਦੁਕਾਨ ਦੇ ਅੰਦਰ ਪਏ ਰੈਫਰੀਜਰੇਟਰ ਦੇ ਵਿੱਚ ਅਚਾਨਕ ਧਮਾਕਾ ਹੁੰਦਾ ਹੈ, ਉਹਦਾ ਜਿਹੜਾ ਕੰਪਰੈਸਰ ਹੈ ਉਹ ਫਟ ਜਾਂਦਾ ਹੈ, ਉਸ ਦੇ ਵਿੱਚ ਅੱਗ ਲੱਗਦੀ ਹੈ, ਫਿਰ ਉਸਦੀ ਅੱਗ ਜਿਹੜੀ ਹੈ ਉਹ ਸਿਲੰਡਰ ਤੱਕ ਪਹੁੰਚ ਜਾਂਦੀ ਹੈ। ਸਿਲੰਡਰ ਨੂੰ ਜਦ ਅੱਗ ਲੱਗੀ ਤੇਜ਼ ਧਮਾਕਾ ਹੁੰਦਾ ਹੈ, ਪੂਰਾ ਇਲਾਕਾ ਗੂੰਜ ਉੱਠਦਾ ਹੈ, ਫਿਰ ਅੱਗ ਫੈਲਦੀ ਹੋਈ ਦੁਕਾਨ ਦੇ ਬਾਹਰ ਖੜ੍ਹੀ 4 2-ਪਹੀਆ ਵਾਹਨਾਂ ਦੇ ਕੋਲ ਪਹੁੰਚ ਗਈ ਅਤੇ ਇਹ 4 2-ਪਹੀਆ ਵਾਹਨ ਸੜ ਕੇ ਸਵਾਹ ਹੋ ਗਏ। ਤਾਂ ਦੁਕਾਨਦਾਰ ਦਾ ਵੱਡਾ ਨੁਕਸਾਨ ਹੋਇਆ ਹੈ। ਤਸਵੀਰਾਂ ਲੁਧਿਆਣਾ ਦੇ ਗੋਬਿੰਦਪੁਰਾ ਮਾਰਕੀਟ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਗਿੱਲ ਰੋਡ ਦੇ ਉੱਤੇ ਚਾਹ ਦੀ ਦੁਕਾਨ ਦੇ ਵਿੱਚ ਪਏ ਇੱਕ ਫਰਿੱਜ ਦਾ ਕੰਪਰੈਸਰ ਫਟ ਗਿਆ, ਜਿਸ ਤੋਂ ਬਾਅਦ ਸਿਲੰਡਰ ਦੇ ਵਿੱਚ ਅੱਗ ਲੱਗ ਗਈ। ਅੱਗ ਦੇ ਵਿੱਚ 4 ਵਹੀਕਲ ਜਿਹੜੇ ਕਿ ਦੁਕਾਨ ਦੇ ਬਾਹਰ ਖੜ੍ਹੇ ਸੀ ਉਹ ਸੜ ਕੇ ਸਵਾਹ ਹੋ ਗਏ ਨੇ। ਅਤੇ ਦੱਸ ਦਈਏ ਕਿ ਕਈ ਲੋਕ ਇਸ ਧਮਾਕਿਆਂ ਦੇ ਵਿੱਚ ਜ਼ਖਮੀ ਹੋਏ ਨੇ। ਤਾਂ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਨੇ, ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਵੱਡੀ ਖਬਰ ਹੈ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕੰਪਰੈਸ਼ਰ ਫਟਣ ਤੋਂ ਬਾਅਦ ਸਿਲੰਡਰ ਨੂੰ ਅੱਗ ਲੱਗ ਜਾਂਦੀ ਹੈ, ਫਿਰ ਅੱਗ ਇੰਨੀ ਭਿਆਨਕ ਫੈਲ ਜਾਂਦੀ ਹੈ ਕਿ ਸਾਰੇ ਲੋਕ ਦੇਖਦੇ ਹੀ ਰਹਿ ਜਾਂਦੇ ਨੇ, ਕਿਉਂਕਿ ਇੱਕ ਤੋਂ ਬਾਅਦ ਇੱਕ ਚੀਜ਼ਾਂ ਦਾ ਨੁਕਸਾਨ ਹੁੰਦਾ ਸ਼ੁਰੂ ਹੋ ਜਾਂਦਾ ਹੈ। ਕਿ ਪਹਿਲਾਂ ਰੈਫਰੀਜਰੇਟਰ ਦਾ ਨੁਕਸਾਨ ਹੁੰਦਾ ਹੈ ਕਿਉਂਕਿ ਕੰਪਰੈਸਰ ਫਟ ਜਾਂਦਾ ਹੈ ਉਸਦਾ, ਫਿਰ ਬਾਅਦ ਦੇ ਵਿੱਚ ਸਿਲੰਡਰ ਫਟਦਾ ਹੈ, ਸਿਲੰਡਰ ਫਟਣ ਦੇ ਨਾਲ ਪੂਰੀ ਦੁਕਾਨ ਸੜ ਕੇ ਸਵਾਹ ਹੋ ਜਾਂਦੀ ਹੈ। ਅੱਗ ਇੰਨੀ ਵੱਧ ਜਾਂਦੀ ਹੈ ਕਿ ਬਾਹਰ ਖੜ੍ਹੇ 4 2-ਵੀਲਰ ਯਾਨੀ ਕਿ 2-ਪਹੀਆ ਵਾਹਨ ਤੱਕ ਨਹੀਂ ਬਚਦੇ, 4 ਸੜ ਕੇ ਸਵਾਹ ਹੋ ਜਾਂਦੇ ਨੇ। ਤਾਂ ਦੇਖੋ ਇਹ ਤਸਵੀਰਾਂ ਜੋ ਲੁਧਿਆਣਾ ਦੇ ਗਿੱਲ ਰੋਡ ਤੋਂ ਸਾਹਮਣੇ ਆ ਰਹੀਆਂ ਨੇ। ਇਹ ਗੋਬਿੰਦਪੁਰਾ ਮਾਰਕੀਟ ਹੈ, ਗਿੱਲ ਰੋਡ ਗੋਬਿੰਦਪੁਰਾ ਮਾਰਕੀਟ। ਇੱਥੇ ਫਰਿੱਜ ਦਾ ਕੰਪਰੈਸ਼ਰ ਬਰਨ ਹੋ ਕੇ ਉਹਨੇ ਸਿਲੰਡਰ ਦੀ ਪਾਈਪ 'ਤੇ ਹੀਟ ਮਾਰੀ ਹੈ, ਉਹਦੇ ਨਾਲ ਸਿਲੰਡਰ ਦਾ ਸੇਕ ਲੱਗਿਆ ਅਤੇ ਗੈਸ ਲੀਕ ਹੋਈ ਉਹਦੀ, ਅਤੇ ਬਾਹਰ ਸਕੂਟਰ ਪਈ ਸੀ ਤਾਂ ਉਹਨਾਂ ਨੂੰ ਅੱਗ ਫੜ ਲਈ। ਅੱਛਾ ਜੀ, ਕਿੰਨਾ ਕੁ ਨੁਕਸਾਨ ਹੋ ਗਿਆ? 4 ਸਕੂਟਰ ਚੱਲ ਗਏ, 4 ਵਹੀਕਲ ਇਹਨਾਂ ਦੇ ਚੱਲ ਗਏ, ਬਾਈਕ 'ਚ ਸਕੂਟਰ ਮਿਲਾ ਕੇ 4 ਚੱਲਿਆ ਪੂਰੇ। ਅੱਛਾ, ਮੌਕੇ 'ਤੇ ਕਾਹਦੀ ਸੀ ਦੁਕਾਨ? ਕਾਹਦੀ? ਚਾਹ ਦੀ ਦੁਕਾਨ। ਮੌਕੇ 'ਤੇ ਫਾਇਰ ਬ੍ਰਿਗੇਡ ਬੁਲਾਈ ਪਈ? ਹਾਂ, ਫਾਇਰ ਬ੍ਰਿਗੇਡ ਬੁਲਾਈ, ਉਹਨੇ ਅੱਗ ਬੁਝਾਈ ਆ ਜੀ। ਹਾਂ, ਵੱਡੀ ਮੁਸ਼ਕਲ ਹੋਈ ਹੋਣੀ ਹੈ ਕਿਉਂਕਿ ਅੰਦਰ ਭੀੜ ਨਹੀਂ, ਓਪਨ ਸੀ, ਮੁਸ਼ਕਲ ਨਹੀਂ ਹੋਈ, ਇੱਧਰ ਰਸਤਾ ਖੁੱਲ੍ਹਾ, ਇੱਧਰ ਰਸਤਾ ਖੁੱਲ੍ਹਾ, ਮੁਸ਼ਕਲ ਨਹੀਂ ਹੋਈ, ਦੋਨੋਂ ਪਾਸੇ ਰਸਤਾ, ਆਰ ਪਾਰ ਰਸਤਾ ਹੈਗਾ। ਕਿੰਨੇ ਲੋਕ ਜ਼ਖਮੀ? ਇੱਕ ਉੱਪਰ ਛੱਤ ਨਹੀਂ ਲੱਗੀ, ਛੱਤ ਕਰਕੇ ਬਚਾਅ ਹੋ ਗਿਆ, ਵੀ ਜ਼ਿਆਦਾ ਇੱਧਰ ਉੱਧਰ ਫੈਲੇ ਨਹੀਂ ਆ, ਉੱਪਰ ਛੱਤ ਖੁੱਲ੍ਹਾ ਸਮਾਨ ਆ ਉੱਪਰ। ਅੱਛਾ, ਜ਼ਖਮੀ ਕਿੰਨੇ ਲੋਕ ਹੋਏ ਨੇ ਜੀ? 5 ਲੋਕ ਜ਼ਖਮੀ ਹੋਏ। ਉਹਨਾਂ ਨੂੰ ਬਰਨ ਬੁਰਨ ਹੋ ਗਏ? ਹਾਂ, ਫੇਸ 'ਤੇ ਬਰਨ ਮਾਰਕ ਆਏ ਉਹਨਾਂ ਦੇ, ਹੱਥ 'ਤੇ ਮਾਸ ਦਾ ਹੋਇਆ, ਬਚਾਅ ਹੋ ਗਿਆ। ਮਤਲਬ ਕਿਹੜੇ ਹੋਸਪਿਟਲ ਭੇਜ ਗਏ ਨੇ ਜੀ? ਅਪੋਲੋ ਹੋਸਪਿਟਲ ਗਏ ਇਲਾਜ ਵਾਸਤੇ। ਬੱਚੇ ਕੋਈ ਨੀ ਸੀਗੇ? ਪੰਜ ਜਾਣੇ ਸੀਗੇ। ਜਾਨੀ ਬਚਾਅ ਹੋ ਗਿਆ? ਹਾਂ, ਜਾਨੀ ਨੁਕਸਾਨ ਹੁਣ ਤਾਂ ਬਚਾਅ ਹੋ ਗਿਆ, ਉਦਾਂ ਫੱਟੜ ਹੋ ਗਏ। ਕਿੰਨੇ ਕੁ ਝੁਲਸੇ ਨੇ ਬੱਚੇ ਬੰਦੇ ਜਿਹੜੇ ਸੀਗੇ ਅੰਦਰ? ਉਹ ਹੁਣ ਜਾ ਕੇ ਪਾ ਲੱਗੂਗਾ। ਕਿਹੜੇ ਹੋਸਪਿਟਲ ਲੈ ਗਏ ਨੇ ਜੀ? ਅਪੋਲੋ ਲੈ ਗਏ ਨੇ। ਉਹਦਾ ਕੋਈ ਜਾਣੀ ਕਿ ਜਾਨੀ ਨੁਕਸਾਨ ਨਹੀਂ ਹੋਇਆ? ਜਾਨੀ ਨੁਕਸਾਨ ਠੀਕ ਨੇ ਉਹਦਾ। ਫਾਇਰ ਬ੍ਰਿਗੇਡ ਆਈ ਸੀ ਮੌਕੇ 'ਤੇ? ਫਾਇਰ ਬ੍ਰਿਗੇਡ ਆਈ ਸੀਗੀ। ਅੱਛਾ, ਉਹਨਾਂ ਨੇ ਭਜਾਈ ਅੱਗ? ਉਹਨਾਂ ਨੇ ਭਜਾਈ ਅੱਗ, ਪਹਿਲਾਂ ਕੰਪਰੈਸ਼ਰ ਨਾਲ ਭਜਾਈ, ਉਸਦਾ ਉਹ ਆ ਕੇ ਫਿਰ ਉਹਨਾਂ। ਕਿੰਨਾ ਕੁ ਟਾਈਮ ਅੱਗ ਲੱਗੀ ਰਹੀ ਸਰ? ਲੱਗੀ ਰਹੀ ਅੱਧਾ ਘੰਟਾ। ਲੱਗੀ ਰਹੀ ਇਹ ਜੀ, ਮੈਂ ਆ ਕੇ ਮੌਕਾ ਦੇਖਿਆ ਅਤੇ ਮੈਥੋਂ ਪਤਾ ਲੱਗਿਆ ਵੀ ਪਿੱਛੇ ਇੱਕ ਚਾਹ ਦੀ ਦੁਕਾਨ ਸੀਗੀ, ਉੱਥੇ ਕੋਈ ਫਰਿੱਜ ਪਿਆ ਸੀ, ਫਰਿੱਜ ਦਾ ਕੰਪਰੈਸਰ ਫਟ ਗਿਆ, ਉਹਦੇ ਨਾਲ ਜਿਹੜੀ ਅੱਗ ਲੱਗੀ ਉਹਦੇ ਨਾਲ ਸਿਲੰਡਰ ਦੀ ਪਾਈਪ ਨੂੰ ਅੱਗ ਲੱਗੀ ਅਤੇ ਸਿਲੰਡਰ ਫਿਰ ਫਟ ਗਿਆ। ਕਿੰਨੇ ਲੋਕ ਜ਼ਖਮੀ ਹੋਏ? ਜ਼ਖਮੀ ਕਿੰਨੇ ਹੋਏ? 4 ਜਣੇ ਜੀ ਜ਼ਖਮੀ ਹੋਏ ਹੈਗੇ ਅਤੇ ਉਹਨਾਂ ਨੂੰ ਹੋਸਪਿਟਲ ਲੈ ਕੇ ਗਏ ਆ। ਹਾਲਤ ਹਾਲੇ ਤੱਕ ਤਾਂ ਠੀਕ ਹੈ, ਪਰ ਫਿਰ ਵੀ ਡਾਕਟਰ ਨੇ ਉਹਨਾਂ ਨੂੰ 48 ਆਵਰਸ ਦਾ ਟਾਈਮ ਦਿੱਤਾ। ਮੈਮ, ਜਿਸ ਤਰ੍ਹਾਂ ਦੇ ਹਾਲਾਤ ਅੰਦਰ ਤੁਸੀਂ ਦੇਖਿਆ, ਕਾਫੀ ਭੀੜ ਭਾੜੀ ਵਾਲੀ ਜਗ੍ਹਾ ਵਾ, ਲੱਗਦਾ ਕਿ ਉਚਿਤ ਜਗ੍ਹਾ ਵਾ ਜਾਂ ਸਪੇਸ? ਦੇਖੋ ਜੀ, ਹੁਣ ਇਹ ਜੀ ਜਿਹੜੀਆਂ ਹੈਗੀਆਂ ਦੁਰਘਟਨਾਵਾਂ ਕਿਤੇ ਨਾ ਕਿਤੇ
ਵਾਪਰਦੀ ਤਾਂ ਲਾਪਰਵਾਹੀ ਨਾਲ ਨਹੀਂ ਹੈ, ਪਰ ਸੀਗਾ ਵੀ ਕੋਈ ਸੋਚਦਾ ਨਹੀਂ ਵੀ ਇੱਦਾਂ ਦੀ ਕੋਈ ਦੁਰਘਟਨਾ ਹੋ ਜੂਗੀ। ਕਿਉਂਕਿ ਆਲੇ ਦੁਆਲੇ ਜੀ ਵਹੀਕਲ ਜਿਹੜੇ ਆ ਉਹ ਬਿਲਕੁਲ ਸੜੇ ਪਏ ਆ, ਕਿਹੜੇ ਵਹੀਕਲ ਆ ਜੀ ਜਿਹੜੇ? ਇਹ ਜਿੱਥੇ ਮਨਜੀਤ ਆਟੋ ਇਲੈਕਟ੍ਰੀਕਲਸ ਨੇ, ਇਹਨਾਂ ਦਾ ਰਿਪੇਅਰ ਦਾ ਕੰਮ ਹੈ, ਇਹਨਾਂ ਦੇ ਵਹੀਕਲ ਖੜ੍ਹੇ ਸੀ ਪਿੱਛੇ ਰਿਪੇਅਰ ਵਾਲੇ, ਉਹ ਸੜ ਗਏ ਆ। ਇਹ ਗੋਡਾਊਨ 'ਚ ਕੁਛ ਸਮਾਨ ਪਿਆ ਸੀ ਉਹ ਸੜ ਗਿਆ, ਦੁਕਾਨ 'ਚ ਜਿਹੜਾ ਕੁਛ ਸਮਾਨ ਪਿਆ ਸੀ ਚਾਹ ਵਾਲੇ ਦਾ ਉਹ ਸਾਰਾ ਸੜ ਗਿਆ। ਨੁਕਸਾਨ ਤਾਂ ਹੋਇਆ, ਜਾਨੀ ਨੁਕਸਾਨ ਤੋਂ ਬਚਾਇਆ ਜੀ ਹਲੇ, ਅਤੇ ਜਿਹੜਾ ਬਾਕੀ ਸਮਾਨ ਦਾ ਨੁਕਸਾਨ ਹੋਇਆ। ਮੈਡਮ ਲਾਪਰਵਾਹੀ ਸਾਹਮਣੇ ਨਜ਼ਰ ਆਉਂਦੀ, ਕੰਜਸਟਡ ਬਹੁਤ ਜਗ੍ਹਾ ਸੀ, ਔਰ ਉਹਨੂੰ ਦੇਖਦੇ ਹੋਏ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਜੀ ਬਹੁਤ ਵੱਡੇ, ਜਿਵੇਂ ਆਲੇ ਦੁਆਲੇ। ਦੇਖੋ ਜੀ, ਪਰਮਾਤਮਾ ਨੇ ਬਚਾ ਹੀ ਰੱਖਤਾ, ਕਿਉਂਕਿ ਅੱਗ ਤਾਂ ਜਦੋਂ ਪੈਂਦੀ ਅੱਗ ਨੂੰ ਕਾਬੂ ਕਰਨਾ ਤੁਹਾਨੂੰ ਪਤਾ ਹੀ ਬਹੁਤ ਮੁਸ਼ਕਿਲ ਹੁੰਦਾ ਹੈ, ਪਰ ਕਾਬੂ ਹੋ ਗਈ ਹੈ ਟਾਈਮਲੀ, ਕਿਉਂਕਿ ਸਾਰੀ ਮਾਰਕੀਟ ਏਰੀਆ ਹੀ ਹੈ। ਜੇ ਫੈਲਦੀ ਅੱਗ ਤਾਂ ਜ਼ਿਆਦਾ ਨੁਕਸਾਨ ਹੋ ਜਾਣਾ ਸੀ, ਬਚਾ ਹੋ ਗਿਆ ਮੌਕੇ 'ਤੇ। ਫਾਇਰ ਬ੍ਰਿਗੇਡ ਆ ਗਈ? ਹਾਂਜੀ ਹਾਂਜੀ ਸਰ, ਮੌਕੇ 'ਤੇ ਆ ਗਈ ਸੀ, ਅੱਗ ਕੰਟਰੋਲ 'ਚ ਆ, ਬਚਾ ਹੋ ਗਿਆ। ਇਹ ਗੋਬਿੰਦਪੁਰਾ ਮਾਰਕੀਟ ਆ? ਇਹ ਮਾਰਕੀਟ ਹੈ ਕਿਹੜੀ? ਹਾਂ ਗੋਬਿੰਦਪੁਰਾ ਮਾਰਕੀਟ, ਗੋਬਿੰਦਰਾ ਮਾਰਕੀਟ। ਅੱਛਾ ਜੀ, ਅੱਛਾ, ਜਿਸ ਤਰ੍ਹਾਂ ਇੱਥੇ ਅੱਗ ਲੱਗੀ, ਕਿੰਨਾ ਕੁ ਸਮਾਂ ਅੱਗ ਲੱਗੀ ਰਹੀ, ਕਿਸ ਤਰ੍ਹਾਂ ਦੇ ਹਾਲਾਤ ਸੀ, ਇਲਾਕਾ ਨਿਵਾਸੀਆਂ ਨੇ ਕਿੱਦਾਂ ਮਦਦ ਕੀਤੀ? ਮੈਂ ਤਾਂ ਆਇਆ ਸੀ, ਮੈਂ ਦਬਾ ਮੁੜ ਕੇ ਚਲਾ ਗਿਆ ਉੱਥੇ, ਮੈਂ ਤੋਂ ਫਿਰ ਮੈਂ ਪੁੱਛਿਆ, ਆਇਆ ਸੀ 2 ਮਿੰਟ ਪਹਿਲਾਂ, ਉਸ ਤੋਂ ਬਾਅਦ ਲੱਗੀ ਆ।